ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ ਵਿੱਚ ਤਿੰਨੇ ਬੜਾ ਦਿਖਾਵਾਂਗੇ, ਤਿੰਨੇ ਗੱਭਣਾ ਸੂਟ ਨੂੰ ਜਿਹੜੀ ਆ ਡਿਟੇਲ ਵੀ ਤੋਂ ਪੁੱਛਦਾਓਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਬਾਈ ਭਵਨਪ੍ਰੀਤ ਸਿੰਘ ਆ, ਪਿੰਡ ਆ ਜਿਹੜਾ ਬਰਨਾਲਾ ਜੀ। ਮੋਬਾਈਲ ਨੰਬਰ ਆਪਣਾ ਜੀ? ਕੰਟੈਕਟ ਨੰਬਰ 98 78 86 99, ਦੂਜਾ ਨੰਬਰ 79 35 5640, ਵੱਡੇ ਭਰਾ ਨੰਬਰ ਹੈ। ਤੇਰੇ ਪਹਿਲੇ ਨੰਬਰ ਤੇ ਆਪਾਂ ਵੈਡ ਦੇਖੀ ਜਾਂਦੇ, ਕਿਹੜਾ ਸੂਆ ਹੈ? ਇਹ ਬਾਈ ਦੂਜਾ ਸੂਆ ਬੱਸੀ ਸੂਦੀ ਹੈਗੀ। ਠੀਕ ਹੈ, ਦੰਦੋ ਕਿਵੇਂ? ਦੰਦੋ ਬਾਈ ਛਿੱਗੀ ਹੈ ਬੱਸੀ ਇਹਦਾ। ਠੀਕ ਹੈ, ਜੈਨੂਨ ਦੂਜਾ ਸੂਆ? ਦੂਜਾ ਸੂਆ ਬਾਈ ਰੇਨਰ ਸੂਦੀ ਹੈ। ਠੀਕ ਹੈ, ਕਿਹੜੇ ਸੀਮਨ ਦੀ ਆਪਾਂ ਬਾਇਓ ਡਾਟਾ ਪਤਾ ਕੁਛ? ਬਾਈ ਆਪ ਹੀ ਵਧੀਆ ਸੀਮਨ ਦੀ ਆ, ਮਾਲਕ ਨੇ ਠੀਕ ਕਰੀ, ਵਧੀਆ ਭਰਾ ਹੈਗਾ। ਠੀਕ ਹੈ, ਹਾਂ। ਤੇ ਬਾਕੀ ਲੇਵਾ ਫਿਟਿੰਗ ਵਾਲਾ ਜਮਾ? ਬਾਈ ਲੇਵਾ ਮੈਂ ਕਹਿੰਦਾ ਬੜਾ ਸੋਹਣਾ ਬਣਾਉਗੀ, ਜਿਵੇਂ ਫਿੱਟ ਫਿੱਟ ਲੇਵਾ ਬਣਾਉਗੀ। ਠੀਕ ਹੈ, ਪੂਰਾ ਫਿਟਿੰਗ ਵਾਲਾ ਲੇਵਾ ਨਹੀਂ ਆਣ ਵਾਲਿਆ, ਇਹ ਕੋਈ ਹੋਗਾ ਜਿੱਦਣੀ ਮਰਜ਼ੀ ਪਾਸੇ ਦੇ ਆ, ਕੋਈ ਗਰਮ ਮਾਹੌਲ ਵਾਲਾ ਨਹੀਂ ਜਾ। ਠੀਕ ਹੈ, ਚਾਰੇ ਥਾਂ ਨਿਕਲ ਮੇ ਸਾਫ ਸੁਥਰੇ। ਤੇ ਇਸ ਵਾਰ ਅੰਦਾਜ਼ਾ ਲਾਈਏ ਦੁੱਧ ਕਿੰਨਾ ਪਾ ਦੂਏ? ਮਾਲਕ ਕਹਿੰਦੀ ਪੀਣ ਦਾ 32 ਕਿਲੋ, ਜੋ ਹੈ ਕਿ 35 ਕਿਲੋ ਤਾਂ ਖਰਾਬ ਹੋ ਜਾਏਗਾ। ਮੰਨ ਕੇ ਚੱਲੇ ਗਰਮੀ ਵਿੱਚ 30 ਤੋਂ 12 ਵਾਲੀ ਹੈਗੀ ਆ, 30 ਤੋਂ 12 ਵਾਲੀ ਬੜੀ ਹੁੰਦੀ ਹੈ। ਲੈ ਜੂ ਹਫਤਾ ਸੂਣ ਚ ਜੀ, ਹਫਤਾ ਲੈ ਜੂ। ਸੀਮਨ ਵਗੈਰਾ ਕਨਫਰਮ ਕਰ ਦਾਂਗੇ ਉਹ ਬਈਆ ਪੁੱਛਦਾ। ਸੋ ਕੱਦ ਕਾਟ ਵਗੈਰਾ ਦੇਖੋ, ਤੇ ਬੱਚੀ ਦੇ ਬਿਊਟੀ ਬਹੁਤ ਜ਼ਿਆਦਾ ਜਮਾ, ਜਿਵੇਂ ਭਾਨਾ ਭਗੌੜਾ ਕਹਿੰਦਾ ਤਾਂ ਬਾਹਲਾ ਰੂਪ ਚੜਿਆ, ਉਹ ਗੱਲ ਆ, ਰੂਪ ਬੱਚੀ ਨੂੰ ਫੁੱਲ ਚੜਿਆ ਵਾਹਣਾ ਜਮਾ। ਠੀਕ ਹੈ, ਸੋ ਮੰਨ ਕੇ ਚੱਲੋ ਵੀ ਖਾਸੀ ਤਰਪਾਲ ਬਣਾਇਆ ਜਿੱਥੋਂ ਆਈ ਹੈ ਜਮਾ ਉੱਥੇ। ਸੋ ਦੇਖੋ ਕਿਆ ਬਾਤਾਂ, ਪੂਰਾ ਨਗੀਨਾ ਜਮਾ, ਤੁਹਾਨੂੰ ਮੁੰਦਰ ਦਾ ਨਗੀਨਾ ਦਿਖਾਈ ਜਾਂਦੇ ਆਪਾਂ। ਦੂਜਾ ਸੂਆ ਜੂੰਦੀ ਹੈ, ਸੂੰਦੀ ਹੈ ਜੈਨੂਅਨ, ਫੇਸ ਕੁਆਲਿਟੀ ਵਗੈਰਾ ਦੇਖੋ ਤੇ ਬਰੀਡ ਦੇਖੋ ਜਮਾ, ਕਿਆ ਬਾਤਾਂ, ਪੂਰੀ ਸ਼ਾਈਨਿੰਗ ਆ। ਦੂਜਾ ਸੂਆ ਸੂਣ ਨੂੰ ਕੁਝ ਕੁ ਦਿਨ ਇਹਦੇ ਬਾਕੀ ਪਏ ਆ, 30 ਕਿਲੋ ਦੁੱਧ ਮੰਨ ਕੇ ਲੈ ਲਿਓ, ਚੰਗੀ ਕੇਅਰ ਕਰਾਂਗੇ ਆਪਾਂ ਤਾਂ 30 ਤੋਂ ਪਲੱਸ ਵੀ ਜਾਵੜੂਗੀ, ਤੇ ਬੱਚਾ ਵੀ ਮੰਨ ਕੇ ਚਲੋ ਇੱਦਾਂ ਦੀ ਬੈਡ ਬੱਚੀ ਦੇ ਦੇਦਾ, ਮੰਨ ਕੇ ਚਲੋ 100 ਕੁਆਲਿਟੀ ਵਾਲੀ, ਉਹ ਵੀ ਬੱਚੇ ਵਧੀਆ ਪਾਉਣ ਵਾਲੀ ਹੈ, ਜਿਵੇਂ ਦੀਨ ਬਰੀਡਿੰਗ ਦੇ ਕੰਮ ਕਰਨਾਗਾ। ਠੀਕ ਹੈ, ਅੱਗੇ ਵੀ ਬੱਚੇ ਟੌਪ ਦੇ ਪਾਉਣ ਵਾਲੀ ਹੈ। ਸੋ ਦੇਖੋ ਪੂਰਾ ਸੋਹਣਾ ਖੂਬਸੂਰਤ ਨਗੀਨਾ ਦਿਖਾਦਾ ਸੁਣ ਆਪਾਂ ਪਹਿਲੇ ਨੰਬਰ ਤੇ। ਸੋ ਆਰਡਰ ਕੁਆਲਿਟੀ ਉਹ ਘਰ ਨੇੜ ਤੋਂ ਫੇਰ ਦੇਖ ਸਕਦੇ ਹੋ, ਪੂਰਾ ਸਾਫ ਸੁਥਰਾ ਤੋਰਾ, ਤੇ ਬਾਕੀ ਜਿੰਨੀ ਹੈਗੀ ਪਤਲੀ ਆ ਪੂਰੀ ਜਮਾਨ। ਮੈਂ ਕਹਿੰਦਾ ਬਾਈ ਕੋਈ ਮੋਟੇ ਚੰਮ ਦੀ ਨਹੀਂ, ਵੱਡੀ ਬਹੁਤ ਵਧੀਆ ਸਾਈਜ਼ ਤੇ ਬੱਚੀ। ਸੋ ਦੇਖੋ ਕੱਦ ਘਾੜ ਦੇਖੋ, ਦੂਜੇ ਪਾਸੇ ਬੰਦਾ ਖੜਾ ਨਹੀਂ ਦੀਦਾ ਜਮਾ, ਸਾਈਜ਼ ਵਗੈਰਾ ਪੂਰਾ ਫੁੱਲ ਆ, ਹਨਾ ਵੱਡੀਆਂ ਨੇ ਵੀਰੇ ਬੱਚੀਆਂ, ਆਹ ਤੁਸੀਂ ਬਈ ਹੋਲ ਕਰ ਦਿਓ। ਠੀਕ ਹੈ, ਤੇ ਮੁੱਲ ਵਾੜੀ ਕੀ ਰਹਿਣਗੇ? ਮੁੱਲ ਬਈ ਜਾਇਜ਼ ਜੀਊਗਾ, ਕੋਈ ਐ ਨਹੀਂ ਹੋਊਗਾ ਵੀ 1.5 ਲੱਖ ਜਾਂ 2 ਲੱਖ ਮਿਲੂਗਾ, ਜਾਇਜ਼ ਹੁਣ ਤੇ ਕਰਾਂਗੇ ਹੁਣ ਤੇ। ਦੋ ਨੰਬਰ ਦੇਖਦੇ ਆ ਜਿਹੜੀ ਆਪਾਂ, ਇਹ ਬਾਈ ਦੂਜਾ ਸੂਆ ਬੱਸੀ ਸੁਣਦੀ ਹੈ ਜੀ, ਕੈਕ ਥਾਮ ਨਹੀਂ ਜਾਣੀ ਕੀ। ਠੀਕ ਹੈ, ਜਿੰਨੇ ਬੜਾ ਹੈ। ਠੀਕ ਹੈ, ਹਾਂ, ਇਹ ਪੂਰਾ ਤੇ ਮੈਂ 29 ਕਿਲੋ ਦਾ। ਇਹਦੇ ਕਿੰਨੇ ਦਿਨ ਬਾਕੀ ਆ? ਇਹਦੇ ਬਈ ਐਮਨ ਕੇ ਜਿਹੜਾ 10 ਦਿਨ ਬਾਕੀ ਪੈਣੇ ਬੱਸੀ ਦੇ, 10 ਸੁਣਨਾ ਬਹੁਤ ਹੈ ਬੱਸੀ ਦੇ, 10 ਦਿਨ ਸੁਣ ਚ ਬਾਕੀ ਤੇ ਬਹੁਤ ਹੈ ਬੱਸੀ ਦੇ। ਠੀਕ ਹੈ, ਸਾਫ ਸੁਥਰੀ ਰਾਜੀ ਸਭੀ ਬੜੀ ਵੀ, ਹਨਾ ਅੰਦਾਜ਼ਾ ਲਾ ਸਕੀਏ ਇਸ ਵਾਰ ਵੀ ਹੈਗਾ 30 ਦਾ, ਬਰਾਬਰ ਦੀ ਹੈਗੀ ਆ ਬਈ, ਬਰਾਬਰ ਹੀ ਢੋਕਣੀ ਹੈ 30 ਮੰਨ ਕੇ ਲੈ ਲੈ ਇਹਨੂੰ ਬਈ, 30 ਤੋਂ ਪਾਸ ਬਾਹਰ ਨੂੰ ਦੂਗੀ ਵੀ 35 ਤੋਂ ਦੁੱਧ ਜੀ ਦੂਗਾ ਆਉਣਾ। ਦਿਨ ਕਿਆ ਕੱਢ ਜੂ ਹਜੇ? ਦਿਨ ਦਾ 10 ਦਿਨ ਪੈਂਦੇ ਪੈਣੇ ਬਈ ਬੱਸੀ ਦੇ, 10 ਦਿਨ ਪੈਂਡਿੰਗ ਇਹਦੇ, ਹਾਂ। ਸੋ ਫੇਸ ਬਿਊਟੀ ਦੇਖ ਸਕਦੇ ਦੂਜੇ ਨੰਬਰ ਵਾਲੀ ਬੱਚੀ ਦੀ, ਪੂਰਾ ਜਮਾ, ਕਿਆ ਬਾਤ ਹੈ। ਤੇ ਮੇਰੇ ਸੀਮਨ ਵਗੈਰਾ ਕਿਹੜੇ ਦੀ ਆਪਾਂ ਸਾਰਾ ਦੱਸਾਂਗੇ ਬਾਇਓ ਡਾਟਾ ਆਪਾਂ ਬਈ, ਆਪ ਹੀ ਵਧੀਆ ਸੀਮਨ ਦੇ ਕੇ ਮਾਰਕਾ ਵਧੀਆ ਪ੍ਰਾਈਸ ਮਿਲਦਾ ਜੀ। ਠੀਕ ਹੈ, ਹਫਤਾ ਖੰਡ ਲੈ ਜੂ ਅਜੇ, ਹਨਾ ਹਾਈ ਲੈ ਜੂ ਬਈ, 10 ਦਿਨ ਆਰਾਮ ਨਾਲ, 10 ਦਿਨ ਇਹਦੇ ਸੂਣ ਚ ਬਾਕੀ ਪਏ ਆ। ਸਿੱਧਿਆ ਪਏ ਨੇ ਬਈ, ਜੇ ਮੈਂ ਸਲਟਰੇਟ ਨਾਲ ਪੂਰੀ ਹੈ ਬੱਸੀ ਇਹਦੇ। ਠੀਕ ਹੈ, ਤੇ ਰਾਜੀ ਸਭੀ ਬੜੀ ਬਹੁਤ ਜ਼ਿਆਦਾ, ਹਨਾ ਹਾਂ, ਬਣੂ ਬਾਈ ਬੱਸੀ ਬਹੁਤ ਆ ਜੀ, ਠੀਕ ਹੈ, ਹੱਥੀ ਚੋਲੇ ਚਾਹੇ ਮਸ਼ੀਨ ਨਾਲ ਚੋਲੇ ਚਾਹੀਦੀ, ਕਿਉਂ ਫੇਸ ਕੁਆਲਿਟੀ ਵਗੈਰਾ ਬਹੁਤ ਚੰਗੀ ਆ, ਰਾਜੀ ਸਭੀ ਬੜੀ ਵੀ, ਤੇ ਦੂਜਾ ਸੂਆ ਹੁਣੇ ਸੁਣਦੀ ਆ, ਤੇ ਦੁੱਧ 30 ਮੰਨ ਕੇ ਲੈ ਲੈ ਬੰਦਾ, 30 ਤੋਂ ਬਾਹਰ ਹੀ ਖੁੱਲਾ ਪਾਉ। ਸੋ ਲੇਵਾ ਦੇਖੋ ਨੇੜ ਤੋਂ ਫਾਰਮ ਵਾਲਾ 35 ਕਿਲੋ ਦੁੱਧ ਵੀ ਬੱਸੀ ਖਰਾਬ ਦੁੱਧ। ਸੋ ਲੇਵਾ ਦੇਖੋ ਫਿੱਟ ਫਾੜ ਚ ਪੂਰਾ ਕੰਪੈਕਟ ਹਵਾਨਾ ਜਮਾ। ਸੋ ਦੇਖ ਸਕਦੇ ਹੋ ਕੱਦ ਕਾਠ ਵਗੈਰਾ ਬਿਊਟੀ ਹੈ ਜੀ। ਤੇ ਜਿਹੜੀ ਤੀਜੇ ਨੰਬਰ ਤੇ ਆਪਾਂ ਦੇਖੀਏ ਨਾ, ਜਰਸੀ ਕ੍ਰਾਸ ਚ ਪੈਂਦੀ, ਹਨਾ ਇਹ ਵੀ ਦੂਜਾ ਸੂਆ ਸੁਣਦੀ ਹੈ, ਦੂਜਾ ਸੂਆ ਸੁਣਦੀ ਆ, ਤੇ ਦੰਦੋ ਲਗਭਗ ਜਵਾਨੀ ਹੋਊ, ਇਹ ਵੀ 6 ਦਿਨ ਦਾ ਬਈ ਬੱਸੀ, ਕਿਆ ਕਿ ਦਿਨ ਕੱਢਦੀ ਹੈ ਜੀ? ਇਹ ਇੱਕ ਹਫਤਾ ਪੈਂਡਿੰਗ ਪਿਆ ਹੈਗਾ, ਇੱਕ ਹਫਤਾ ਇਹਦਾ ਸੂਣ ਚ ਪੈਂਡਿੰਗ ਪਿਆ ਹੈਗਾ,
ਤੇ ਕਿੰਨਾ ਦੁੱਧ ਦੱਸਿਆ ਮਾਲਕਾਂ ਨੇ? ਤੇ ਦੁੱਧ ਵੀ ਫੈਟ ਵਾਲਾ ਹੁੰਦਾ ਇਹਦਾ? ਠੀਕ ਹੈ ਤੇ ਥਾਣਾ ਹੱਥੀ ਦਵਾਈ ਵਾਲਾ ਜਮਾ? ਸੋ ਥਾਣਾ ਸਾਹਿਬ ਦੇਖੋ ਨੇੜ ਤੋਂ ਪੂਰਾ ਸੋਹਣਾ ਮੁੱਠੀ ਵਾਲਾ ਥਾਣਾ, ਚਾਰੇ ਨਿਖਣ ਮੈਂ ਸਾਫ਼ ਸੁਥਰੇ ਬਿੱਤੀ ਤੇ ਦਿਨ ਸਹੀ ਜੇ ਕਹਿ ਲੈਂਦੀ ਆ ਤੀਜੇ ਨੰਬਰ ਆਪਾਂ ਜਿਹੜੀ ਬੈਠ ਦੇਖੀ ਨਾ ਜਰਸੀ ਦੇ ਵਿੱਚ ਕਰਾਸ ਪੈਂਦੀ ਆ, ਇੱਕ ਤਰ੍ਹਾਂ ਦੀ ਮੱਝ ਹੀ ਆ ਗਈ ਜਮਾ, ਹਨਾ? ਸੋ ਮੱਝ ਨਾਲ ਕੰਪੇਅਰ ਹੁੰਦੀ ਆ ਬਿਲਕੁਲ, 25-26 ਕਿਲੋ ਦੁੱਧ ਖੇਡੂਗੀ ਤੇ ਸੂਣ ਦੇ ਵਿੱਚ ਵੀ ਲੈ ਜੂ 5-4 ਦਿਨਾਂ ਜੇ ਨਾ। ਸੋ ਹਫ਼ਤਾ ਸੂਣ ਦੇ ਵਿੱਚ ਪੈਂਡਿੰਗ ਪਿਆ, ਬਾਕੀ ਕੱਦ ਕਾਠ ਵਗੈਰਾ ਤੇ ਬਿਊਟੀ ਸ਼ਾਈਨਿੰਗ ਵਗੈਰਾ ਬਹੁਤ ਆ ਬੈਠ ਦੇ ਉੱਪਰ ਤੇ ਜਿੰਦ ਜਾਣ ਪੂਰਾ ਸੋਹਣਾ ਗੁੱਲੇ ਵਾਲਾ ਥਣ ਲੱਗਿਆ ਵਾ, ਹੱਥੀ ਚਵਾਈ ਵਾਲਾ ਜਮਾਂ। ਮੱਝ ਨੂੰ ਕੰਪੇਅਰ ਕਰੂ ਦੁੱਧ ਦਾ। ਸੋ ਜਿਹੜੇ ਵੀਰ ਮੰਨ ਕੇ ਚੱਲੋ ਵੀ ਮੱਝ ਦੇ ਥਾਂ ਤੇ ਗਾਂ ਰੱਖਣੀ ਆ, ਜੈ ਗੱਲ, ਕਿਉਂਕਿ ਜਰਸੀ ਦੇ ਵਿੱਚ ਕਰਾਸ ਪੈਂਦਾ ਹਨਾ, ਕਿਉਂਕਿ ਜਰਸੀ ਹੈਗੀ ਤੇ ਦੁੱਧ ਦੀ ਫੈਟ ਵੱਧ ਗਈ, ਇਹ HF ਦੇ ਪੇਟੋਂ ਪੈਦਾ ਹੋਈ ਲੱਗ ਜਾਏ ਕਿਤੇ ਹਨਾ। ਸੋ HF ਦੇ ਪੇਟੋਂ ਜਰਸੀ ਪੈਦਾ ਹੋਈ ਵੀ ਆ ਤੇ ਥਣ ਥੁਣ ਦੇਖੋ ਕਾਹਦਾ ਗੁੱਲੇ ਵਰਗਾ ਤੇ ਹੱਥੀ ਚੋਣ ਮੋਟਾ ਮੋਟਾ ਸਿੱਟ ਰਹਿਣਾ, ਥਾਣੀ ਆਪਣੇ ਦੱਸੀ ਜਾਂਦੇ ਇਹਦਾ ਕਿਆ ਪਤਾ ਗਵਾਹੀ ਭਰਦਾ। ਸਬਰ ਤਿੰਨ ਨਾਲ ਤੁਹਾਨੂੰ ਦਿਖਾ ਚੁੱਕਿਆ ਜਰਸੀ ਕਰਾਸ ਤੇ HF 98-87-89-97-35-46 ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ, ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ।